ਸਤਿ ਸ਼੍ਰੀ ਅਕਾਲ ਬੱਚਿਓ ਕਿਵੇਂ ਹੋ ਤੁਸੀਂ ਸਾਰੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਕਲਾਸ ਵਿੱਚ ਬੱਚਿਓ ਆਪਾਂ ਸਵਾਗਤ ਜ਼ਿੰਦਗੀ ਦੂਜੀ ਜਮਾਤ ਦੀ ਕਿਤਾਬ ਕਰਦੇ ਸੀ ਜੁਨਾਪਾ ਪੜਾਂਗੇ ਨਵਾਂ ਪਾਠ ਉਸਾਰੂ ਸੋਚ ਉੱਚੀ ਸੋਚ ਧਿਆਨ ਨਾਲ ਸੁਣਨਾ ਤੇ ਅੱਜ ਪੜ੍ਹਨਾ ਵੀ ਧਿਆਨ ਨਾਲ ਕਿਰਿਆ ਨਾਟਕੀ ਵਿਧੀ ਇੱਥੇ ਇੱਕ ਨਾਟਕ ਦਿੱਤਿਆ ਹੋਇਆ ਤੇ ਆਪਾਂ ਉਹ ਨਾਟਕ ਕਰਾਂਗੇ ਪਾਤਰ ਕੋਨ ਕੋਨ ਹੈਗੇ ਅਦੇਜ ਅਧਿਆਪਕ ਅੱਖ ਕੰਨ ਅਤੇ ਨੱਕ ਸਮਗਰੀ ਬੱਚਿਆਂ ਲਈ ਮੁਖੋਟੇ ਨੋਟ ਇਸ ਕਵੀਨਾਟਕ ਨੂੰ ਅਧਿਆਪਕ ਬੋਲੇਗਾ ਬੱਚੇ ਸਿਰਫ ਅਭਿਨੇ ਕਰਨਗੇ ਤੇ ਸਾਨੂੰ ਕੀ ਕੀ ਚਾਹੀਦਾ ਹੋਏਗਾ ਇਸ ਲਈ ਬੱਚਿਓ ਅਧਿਆਪਕ ਕੰਨ ਨੱਕ ਤੇ ਅੱਖ ਧਿਆਨ ਨਾਲ ਸੁਣਿਓ ਹੁਣ ਆਪਾਂ ਕੀ ਕਰਾਂਗੇ ਅਧਿਆਪਕ एक 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 डुक एक तिक सारे गावे नाटक वाले अगे आवो बच्चे आपो अपने मुखौटे पाके अगे आ जाते हैं आओ नाटक खेलिए नैना अख कान हरवीर ਨੱਕ ਬਣਿਆ ਹੈ ਸਿੰਘ ਜਗਸੀਰ ਤੇ ਤਿੰਨ ਬੱਚਿਆਂ ਨੂੰ ਮੁਖੌਟੇ ਦੇ ਦਿੱਤੇ ਗਏ ਨੇ ਨੈਨਾ ਜਿਹੜੀ ਹੈ ਉਹ ਬਣੀ ਹੈ ਅੱਖ ਕੰਨ ਬਣੇ ਨੇ ਗੰਗਵੀਰ ਤੇ ਨੱਕ ਬਣਿਆ ਹੈ ਸਿੰਘ ਜਸਵੀਰ ਤੇ ਤਿੰਨ ਬੱਚੇ ਆਪੋ ਆਪਣੀ ਵਾਰੀ ਮੰਚ ਤੇ ਆਉਂਦੇ ਹਨ ਚਾਤ ਚਾਤ ਜਦ ਖੁੱਲਦੀ ਹਾਂ ਦਿਨ ਚੜ ਜਾਂਦਾ ਬੰਦ ਹੋਵਾਂ ਤਾਂ ਰਾਤ चान चान चार पास बरसात मैं आखा मेरी की बात ते अखा गति गई है अखा कौन बनी है नैना ते दसा गया है चार 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 जब मैं खुल जाती हाँ दिन चढ़ है जब मैं बंद होंगी मतलब है रात है ते जब मैं खुलदी हाँ चारे पास चान चान हो जाता है अनेरा दूर हो जाता है तुप दी हां पर सात तो या बरसात में हर वे काम आ मैं अखा मेरी ते गति बात है सर घर सुन गड़ गड़ सुन पुड़ सुन गण सुन मैं कान हां मैं सब कुछ सुन दिया ते ए गल की गई है कान दर तरह दी आवाज सुनदा है कड़-कड़ सर-सर कड़-गड़ बुड़-बुड़ सारी आवाजਾਂ ਉਹ ਕੰਨ ਸਾਡਾ ਸੁੰਦਾ ਹੈ ਅੱਗੇ ਕਿਹਾ ਗਿਆ ਬੱਚੋ ਆਪੋ ਆਪਣੀ ਇਹ ਤਾਂ ਕਹਿ ਗਏ ਮੇਰੀ ਵੀ ਸੁਣੋ ਬਾਤ ਮੈਂ ਵੀ ਸੁਣ ਕੇ ਦੱਸ ਸਕਦਾ ਹਾਂ ਖੀਰ ਪਣੀ ਜਾ ਬਾਤ ਤੇ ਹੁਣ ਆ ਜਿਹੜਾ ਸਾਡਾ ਨੱਕ ਹੈ ਉਸੂੰ ਸੁਣ ਕੇ ਦੱਸ ਤਾਂ ਵੀ ਕਰੇ ਕਿਹੜੀ ਚੀਜ਼ ਬਣੀ ਹੈ ਹੈਨਾ ਬੱਚਿਓ ਜਿਵੇਂ ਸਾਡੇ ਕੰਨ ਸਾਰੀ ਆਵਾਜ਼ਾਂ ਸੁਣਦੇ ਨੇ ਸਾਰਾ ਸ਼ੋਰ ਸੁਣਦੇ ਨੇ ਉਵੇਂ ਹੀ ਸਾਡਾ ਨੱਕ ਵੀ ਸਾਡੇ ਬਹੁਤ ਕੰਮ ਆਉਂਦਾ ਹੈ ਅੱਖਾਂ ਨੱਕ ਤੇ ਕੰਨਾਂ ਦੀ ਗੱਲ ਕੀਤੀ ਗਈ ਹੈ ਅੱਗੇ ਹੈ ਬੱਚਿਓ ਮੌਖਿਕ ਪ੍ਰਸ਼ਨ ਪਹਿਲਾ ਪ੍ਰਸ਼ਨ ਹੈ ਸਰੀਰ ਲਈ ਅੱਖਾਂ ਦਾ ਕੀ ਕੰਮ ਹੈ ਉੱਤਰ ਹਰ ਵਸਤੂ ਧਿਆਨ ਨਾਲ ਦੇਖਣਾ ਪ੍ਰਸ਼ਨ 2

हरवीर ने पाया कान वाला अगला है बच्चों प्रश्न अख बंद कर होएगा? दिखाई देना बंद हो जाएगा जे अख बंद कर लोंगे। अगला प्रश्न। कान बंद कर लिए ता की होएगा? सुनाई देना बंद हो जाएगा सतवा सीखण लाई की, की की करना चाहता है ਦਰਗੀ ਹੈ ਧਿਆਨ ਨਾਲ ਸੁਣਨਾ ਵੀ ਚਾਹੀਦਾ ਹੈ ਅਤੇ ਪੜ੍ਹਨਾ ਵੀ ਚਾਹੀਦਾ ਹੈ ਅਗਲਾ ਹਰ ਕੰਮ ਧਿਆਨ ਨਾਲ ਕਰਨਾ ਕਿਉਂ ਜ਼ਰੂਰੀ ਹੈ ਇਸ ਲਈ ਜ਼ਰੂਰੀ ਹੈ ਤਾਂ ਜੋ ਸਾਡੇ ਤੋਂ ਕੋਈ ਗਲਤੀ ਨਾ ਹੋਵੇ ਜੇ ਅਸੀਂ ਧਿਆਨ ਨਾਲ ਕਰਾਂਗੇ ਤਾਂ ਸਾਡੇ ਤੋਂ ਗਲਤੀ ਨਹੀਂ ਹੋਵੇਗੀ ਅੱਗੇ ਵਧਦੇ ਹਾਂ ਬੱਚਿਓ ਕਿਰਿਆ ਨਾਟਕੀ ਵਿਧੀ ਫੇਰ ਨਾਟਕ ਦਿੱਤਿਆ ਹੋਇਆ ਹੈ ਅਧਿਆਪਕ ਹਰ ਤਸਵੀਰ ਦੀ ਵਿਆਖਿਆ ਕਰੇਗਾ ਸਰੀਰ ਦੇ ਹੋਰ ਅੰਗਾਂ ਬਾਰੇ ਵੀ ਦੱਸੇਗਾ ਪਰ ਉਸ ਦਾ ਧਿਆਨ ਅੱਖ ਤੇ ਕੰਨ ਤੇ ਬਦੇਰੇ ਕੇਂਦ੍ਰਿਤ ਰਹੇਗਾ ਤੁਹਾਡੇ ਅਧਿਆਪਕ ਸਰੀਰ ਦੇ ਬਾਕੀ ਅੰਗਾਂ ਬਾਰੇ ਵੀ ਗੱਲ ਕਰਨਗੇ ਪਰ ਸਭ ਤੋਂ ਜ਼ਿਆਦਾ ਧਿਆਨ ਕਿੱਥੇ ਦੇਣਗੇ ਅੱਖ ਕੰਨ ਤੇ ਨੱਕ ਤੇ ਚਲੋ ਸ਼ੁਰੂ ਕਰਦੇ ਹਾਂ ਅੱਖਾਂ ਖੋਲ ਕੇ ਅਸੀਂ ਆਪਣਾ ਆਲਾ ਦੁਆਲਾ ਪੂਰੀ ਤਰ੍ਹਾਂ ਦੇਖ ਸਕਦੇ ਹਾਂ ਜਮਾਤ ਵਿੱਚ ਪੜਨ ਸਮੇ ਸਾਨੂੰ ਆਪਣੀ ਨਜ਼ਰ ਪਾਠ ਪੁਸਤਕ ਤੇ ਰੱਖਣੀ ਚਾਹੀਦੀ ਹੈ ਲਿਖਣ ਸਮੇ ਸਾਡਾ ਧਿਆਨ ਕਾਪੀ ਤੇ ਹੀ ਹੋਣਾ ਚਾਹੀਦਾ ਹੈ ਇਹ ਸਾਡੀ ਅੱਖਾਂ ਕਰਦੀਆਂ ਨੇ ਸਾਡੀ ਨਜ਼ਰ ਹਮੇਸ਼ਾ ਜੋ ਕੰਮ ਕਰ ਰਹੇ ਹਾਂ ਉਸ ਤੇ ਹੀ ਹੋਣੀ ਚਾਹੀਦੀ ਹੈ ਅਗਲਾ ਪੜਦੇ ਹਾਂ ਬੱਚਿਓ ਕੰਨ ਬਾਰੇ ਕੰਨ ਸਾਨੂੰ ਸੁਣਨ ਲਈ ਮਿਲੇ ਹਨ ਜਮਾਤ ਵਿੱਚ ਅਧਿਆਪਕ ਦੀ ਹਰ ਗੱਲ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ ਧਿਆਨ ਨਾਲ ਸੁਣ ਕੇ ਅਸੀਂ ਸੋਖ ਨਾਲ ਸਮਝ ਸਕਦੇ ਹਾਂ ਠੀਕ ਹੈ ਬੱਚਿਓ ਜੇ ਆਪਾਂ ਧਿਆਨ ਨਾਲ ਸੁਣਾਂਗੇ ਤਾਂ ਆਪਾਂ ਸਮਝਾਂਗੇ ਸਮਝ ਵੀ ਜਾਵਾਂਗੇ ਆਸਾਨੀ ਨਾਲ ਅਗਲੀ ਗੱਲ ਹੈ ਨੱਕ ਨੱਕ ਸਿਰਫ ਸਾਂ ਕੇਰਿਆਂ ਲਈ ਨਹੀਂ ਹੈ ਇਸ ਨਾਲ ਅਸੀਂ ਚੀਜ਼ਾਂ ਨੂੰ ਸੁੰਘਣ ਅਤੇ ਮਹਿਕ ਤੋਂ ਪਛਾਣ ਸਕਦੇ ਹਾਂ ਜੇ ਕਿਤੇ ਓਲੇ ਵਿੱਚ ਕੂੜਾ ਕਰਕਟ ਪਿਆ ਹੋਵੇ ਤਾਂ नाक ਨੂੰ ਬਦਬੂ ਤੋਂ ਪਤਾ ਲੱਗ ਜਾਂਦਾ ਹੈ ਜਮਾਤ ਦਾ ਆਲਾ ਦੁਆਲਾ ਸਾਫ਼ ਹੋਣਾ ਚਾਹੀਦਾ ਹੈ ਇਸੇ ਲਈ ਕੂੜਾ ਕਰਕਟ ਨਹੀਂ ਹੋਣਾ ਚਾਹੀਦਾ ਸਾਨੂੰ ਹਰ ਚੀਜ਼ ਨੂੰ ਕੂੜੇਦਾਨ ਵਿੱਚ ਸਿੱਟਣਾ ਚਾਹੀਦਾ ਹੈ ਕੁਣ ਬੱਟੂ ਮੌਖਿਕ ਪ੍ਰਸ਼ਨ ਪਹਿਲਾ ਅਸੀਂ ਸਕੂਲ ਕਿ ਕਰਨ ਜਾਂਦੇ ਹਾਂ ਉੱਤਰ ਕੀ ਹੈ ਪੜਾਈ ਕਰਨ ਜਾਂਦੇ ਹਾਂ ਸਕੂਲ ਵਿੱਚ ਕੀ ਚੰਗਾ ਲੱਗਦਾ ਹੈ ਪੜਨਾ ਅਤੇ ਖੇਡਣਾ ਚੰਗਾ ਲੱਗਦਾ ਹੈ ਤੁਹਾਨੂੰ ਦੋਵੇਂ ਕੰਮ ਕਰਨੇ ਜ਼ਰੂਰੀ ਨੇ ਪੜਨ ਸਮੇਂ ਤੁਹਾਡੀ ਨਜ਼ਰ ਕਿੱਥੇ ਹੋਣੀ ਚਾਹੀਦੀ ਹੈ ਸਬਕ ਉੱਤੇ ਸਾਨੂੰ ਜਿਹੜੇ ਸ਼ਬਦ ਟੀਚਰ ਲਿਖ ਰਹੇ ਨੇ ਜੋ ਬੋਲ ਰਹੇ ਨੇ ਜੋ ਸਬਕ ਪੜਾ ਰਹੇ ਨੇ ਜਿਹੜਾ ਪਾਠ ਪੜਾ ਰਹੇ ਨੇ ਉਹਦੇ ਉੱਤੇ ਨਜ਼ਰ ਹੋਣੀ ਚਾਹੀਦੀ ਹੈ ਚੌਥੀ ਗੱਲ ਸਵਾਲ ਸਮਝਣ ਵੇਲੇ ਧਿਆਨ ਕਿੱਥੇ ਹੋਣਾ ਚਾਹੀਦਾ ਹੈ ਅਧਿਆਪਕ ਵੱਲ ਹੋਣਾ ਚਾਹੀਦਾ ਤੇ ਪੰਜਵਾਂ ਖਾਣਾ ਖਾਂਦੇ ਸਮੇਂ ਕਿਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜੇ ਆਪਾਂ ਗੱਲਾਂ ਕਰਾਂਗੇ ਤਾਂ ਜਿਹੜਾ ਆਪਾਂ ਖਾਣਾ ਖਾ ਰਹੇ ਹਾਂ ਗਲਤ ਨਾੜੀ ਵਿੱਚ ਚਲਾ ਜਾਏਗਾ ਤੇ ਸਾਨੂੰ ਬਹੁਤ ਜ਼ਿਆਦਾ ਖੰਗਣਾ ਪਏਗਾ ਜਿਸ ਦੇ ਨਾਲ ਸਾਨੂੰ ਦਰਦ ਵੀ ਹੋਏਗਾ। ਇਹ ਸੀ ਬੱਚਿਓ ਅੱਜ ਦਾ ਪਾਠ ਤੇ ਦੇ ਨਾਲ ਆਪਾਂ ਨਵਾਂ ਪਾਠ ਖਤਮ ਕਰ ਲਿਆ ਤੇ ਕਿਤਾਬ ਵੀ ਖਤਮ ਕਰ ਲਈ। ਹੁਣ ਆਪਾਂ ਅਗਲੀ ਕਲਾਸ 'ਚ ਮਿਲਾਂਗੇ ਤਦ ਤੱਕ ਤੁਸੀਂ ਆਪਣਾ ਧਿਆਨ ਰੱਖਿਓ।